ਦੇਖੀ ਮੇਰੀ ਵੀ ਜਿਹਨੂੰ ਆਪਾਂ ਮਿੱਟੀ ਕਹਿੰਦੇ ਉਹ ਮੂਲੀ ਮਿੱਟੀ ਨਹੀਂ ਇਹਨੂੰ ਪੰਜਾਬੀ ਮਾਂ ਮੰਨਦੇ ਹੈ ਮਾਂ ਮੰਨ ਕੇ ਖੇਡਦੇ ਕਿਉਂਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ ਮੂਹ ਸੁਣੇ ਜਲਦੀ ਨਾਲ ਸਾਡੇ ਵੀਰ ਬੰਦ ਰਹਿ ਕੇ ਪੁੱਜੇ ਕਬੱਡੀ ਦੇ ਮੈਦਾਨ ਵਿੱਚ ਬੰਦ ਪਿੰਡੋ ਪੁੱਜਿਆ ਹੋਇਆ ਸਾਜੋਵਾਲ ਸਾਹਮਣੇ ਕੱਪ ਹੋਇਆ ਹੈ ਜਿਹੜੇ ਅੱਜ ਖਿਡਾਰੀਆਂ ਦਾ ਮਾਨ ਸਨਮਾਨ ਹੋਇਆ ਔਰ ਨਾਲ ਕਬੱਡੀ ਕਮੈਂਡਰਾਂ ਦਾ ਪਿੰਡੋ ਸਾਜੋਵਾਲ ਨੂੰ ਵੀ ਪਿਆਰ ਦਿੰਦੇ ਆ ਮਾਸ਼ੀ ਕਹਿਣ ਵਾਲੇ ਕਿਉਂਕਿ ਆਪਾਂ ਤਾਂ ਮੇਰੇ ਵੀਰ ਮੈਨੂੰ ਲੱਗਦਾ ਕਿ ਜਦੋਂ ਮੈਂ ਕਮੈਂਟਰੀ ਕਰਦਾ ਮੈਨੂੰ ਆਪਣਾ ਹੀ ਪਿੰਡ ਲੱਗਦਾ ਮਾਸ਼ੀ ਕੇ ਕੋਈ ਵਿਆਹ ਦਾ ਫਰਕ ਨਹੀਂ ਜਗਤਪੁਰੇ ਦੇ ਮਾਸ਼ੀ ਕੇ ਅੰਦਰ ਰਾਮਾ ਬੜਾ ਪਿਆਰ ਦਿੰਦੇ ਆ ਤੇ ਬੱਚੇ ਵਾਂਗੂ ਰੱਖਦੇ ਆ ਸਾਰੇ ਬਲਕਿ ਸਾਡੇ ਵੀਰ ਦਾ ਦੁਆ ਬਹੁਤ ਕਰਦੇ ਆ ਆਓ ਸੋਨੀ ਕਬੱਡੀ ਪਾਉਣ ਦੇ ਲਈ ਬਾਤ ਆਵੇ ਔਰ ਜਿੱਥੇ ਪ੍ਰਬੰਧ ਕੀਤਾ ਦਰਸ਼ਕਾਂ ਦੇ ਲਈ ਕਿਉਂਕਿ ਮਾਸੀ ਕੇ ਮਲੇ ਦਰਸ਼ਕਾਂ ਨੂੰ ਵੀ ਰੱਬ ਦਾ ਰੂਪ ਮੰਨਦੇ ਆ ਸਵੇਰ ਦੇ ਪ੍ਰਾਣੀਆਂ ਦਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਵੀਰਾਂ ਨੇ ਪ੍ਰਾਣੀਆਂ ਦੀ ਸੇਵਾ ਦਿੱਤੀ ਹੈ ਇਸ ਕਬੱਡੀ ਮੈਦਾਨ ਦੇ ਵਿੱਚ ਕਬੱਡੀ ਵਾਲੇ ਸਾਡੇ ਵੀਰ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੇ ਪ੍ਰਾਣੀਆਂ ਵਾਲੇ ਵੀਰਾਂ ਦਾ ਕਿਉਂਕਿ ਮੇਰੇ ਵੀਰ ਪ੍ਰਾਣੀਆਂ ਵਾਲੇ ਦੀ ਵੀ ਬਹੁਤ ਵੱਡੀ ਸੇਵਾ ਜਿਹੜੇ ਘਰਾਂ ਨੇ ਪ੍ਰਾਣੀਆਂ ਦੀ ਸੇਵਾ ਦਿੱਤੀ ਹੈ ਕਬੱਡੀ ਵਾਲੇ ਸਾਡੇ ਵੀਰ ਆਓ ਸਮੂਹ ਪੰਚਾਇਤ ਸਮੂਹਿਕ ਕਮੇਟੀ ਸਾਡੀ ਬਹੁਤ ਬਹੁਤ ਧੰਨਵਾਦ ਕਰਦੀ ਹੈ ਹਿੰਮਤ ਬੜਾ ਅੱਜ ਕਹਿਣ ਦੀ ਟੀਮ ਜਲਦੀ ਨਾਲ ਆ ਜਾਵੇ ਜੱਜ ਦੀ ਕਬੱਡੀ ਪੈਂਦੀ ਹੈ
एक होर आ गया थी गल होई सी ਕਿਉਂਕਿ ਮੈਨੂੰ ਵੀ ਉਹ ਸੁਣਿਆ ਆਪਾਂ ਚਿੱਟੇ ਕੱਪੜੇ ਪਾ ਲੈਣੇ ਆ ਸਰਦਾਰ ਲੱਗਦੇ ਚਿੱਟੇ ਕੱਪੜੇ ਵਰਗੀ ਸੌੜੀ ਹਾਂਜੀ ਤਾਂ ਵੀ ਤੁਹਾਡੀ ਸੌੜੀ ਤਾਂ ਇਹਦਾ ਮੀਆਂ ਸਫਰ ਕਿੱਥੇ ਹੋਈ ਆਦਰ ਮਦਰਸੇ ਵਾਲੇ ਕੱਪੜੇ ਪਾਈ ਹੋਏ ਅਸੀਂ ਕਿਹੜੇ ਕੱਪੜਾ ਪਾ ਸਕਦੇ ਨੇ ਕਾਲੇ ਕਸਾਨ ਦਾ ਕਾਫੀ ਗੌਰ ਹੈ ਬਹੁਤ ਬਹੁਤ ਧੰਨਵਾਦ ਕਰਦੇ ਸਾਡੀ ਕਮੇਟੀ ਨੇ ਆ ਜੋ ਕਿ ਸਦੇ ਹੋਏ ਆ ਸਾਡੇ ਵੀ ਮੁਲਾਜ਼ਮ ਸਾਡੇ ਨੂੰ ਸਨਮਾਨ ਕਰਦੇ ਆ ਰਾਜੀ ਵੀ ਕਹਾਂਗੇ ਕਿਉਂਕਿ ਆਪਣੀ ਰੋਟੀ ਦੇ ਬਾਅਦ ਹੁੰਦਾ ਆ ਵੀ ਹੋ ਜਾਂਦਾ ਕਬੱਡੀ ਕਿਹੜਾ ਖਿਡਾਰੀ ਜੱਜ ਨਵੀਂ ਆ ਕਹਿਣਾ ਦੇ ਨਾਲ ਆਏ ਤਾਂ ਦੋਨੇ ਟੀਮਾਂ ਜਲਦੀ ਕਬੱਡੀ ਦੇ ਮੈਦਾਨ ਵਿੱਚ ਆ ਜਾਣ ਵੀ ਮਹਿੰਗੇ ਮੁੱਲ ਦੀ ਦਾਰੂ ਵੀ ਮਹਿੰਗੇ ਮੁੱਲ ਦੀ ਦਾਰੂ ਲੈਂਦੇ ਮੁੱਲ ਲੜਾਈਆਂਗੇ ਜਦੋਂ ਕੇਸ ਕਚਹਿਰੀ ਚੱਲਦੇ ਝੋੜਾ ਲੱਭਦੇ ਫਿਰਨ ਗਵਾਹਾਂ ਨੂੰ ਸਿਗਰਟ ਬਾਰੇ ਫੰਦੀ ਕਈਆਂ ਦੇ ਡੱਬੇ ਵਿੱਚ ਦਬਾੜ ਦਿੰਦੇ ਮੁੰਡੇ ਗੱਭਰੂ ਫੱਟਦੇ ਨਸ਼ਿਆਂ ਦੇ ਘਰ ਦੇ ਕਾਰ ਦਿੰਦੇ ਮੁੰਡੇ ਗੱਭਰੂ ਫੱਟਦੇ ਨਸ਼ਿਆਂ ਦੇ ਘਰ ਦੇ ਕਾਰ ਦਿੰਦੇ ਨਸ਼ਿਆਂ ਦੇ ਬੇਕਾਰ ਕਰ ਦਿੱਤੇ ਮੇਰੇ ਵੀਰ ਗੱਭਰੂ ਆਹ ਸਾਹਮਣੇ ਕਹਿੰਦੇ ਵੀ ਸੋਨੀ ਦੀ ਕਬੱਡੀ ਪੈਂਦੀ ਹੈ ਸੋਨੀ ਵੀ ਕਹਿੰਦੇ ਸ਼ੋਅ ਦਾ ਖਿਡਾਰੀ ਹੈ ਗਹਿਣਾ ਦੀ ਟੀਮ ਜੇਕਰ ਕਬੱਡੀ ਦੇ ਖਿਡਾਰ ਦੇ ਲਾਗੇ ਪੁੱਜੇ ਤਾਂ ਗਹਿਣਾ ਆ ਜਾਵੇ ਹਿੰਮਤ ਪੂਰਾ ਬੈਠੀ ਹੈ ਗਹਿਣਾ ਦਬਾਜਾ ਦੀ ਖੰਡ ਚੱਕ ਭਾਈ ਕਹਿੰਦੇ ਨਾਲ ਇਹ ਵੀ ਜਾਂਦੇ ਨਾ ਕਬੱਡੀ ਦੇ ਖਿਡਾਰ ਵਿੱਚ ਆ ਜਾਵੇ ਚੱਕ ਭਾਈ ਭਾਉ ਨੂੰ ਦਵਾਨੇ ਰਾਮੀ ਟੀਮ ਫਿਰ ਮੁਲਾਜ਼ਮ ਜੀ ਗਿਆਨਾ ਪਿੰਡੀ ਗਿਆਨਾ ਦੇ ਖਿਡਾਰੀਆਂ ਨੂੰ ਅਪੀਲ ਹੈ ਕਿਉਂਕਿ ਕੁਝ ਕਬੱਡੀਆਂ ਰਹਿ ਗਈਆਂ ਸ਼ਾਇਦ ਜੀ ਜਲਦੀ ਨਾਲ ਕਬੱਡੀ ਨੂੰ ਟਿੱਕਾ ਵੀ ਮਾਰਨੀਆਂ ਨੇ ਚਾਹ ਵੀ ਚੜਦਾ ਹੈ ਕਿਉਂਕਿ ਬੰਬੇ ਸਾਹ ਵਾਲੇ ਨੇ ਦੇਖਿਆ ਸੀ ਦਰਸ਼ਕਾਂ ਦੇ ਉੱਤੇ ਸ਼ੇਰ ਮੇਰੇ ਵੀਰ ਕਿਉਂਕਿ ਦਰਸ਼ਕਾਂ ਨੂੰ ਰੱਬ ਮਾਰਦਾ ਪਾਵਾ ਸਾਹ ਵਾਲਾ ਤੇ ਅਸੀਂ ਵੀ ਰੱਬ ਹੀ ਮੰਨਦੇ ਹਾਂ ਕਿਉਂਕਿ ਦਰਸ਼ਕਾਂ ਦੇ ਨਾਲ ਹੀ ਖੇਡ ਸਟੇਡੀਅਮ ਸੋਹਣੇ ਲੱਗਦੇ ਆ ਇਹ ਨਹੀਂ ਪਤਾ ਲੱਗਦਾ ਵੀ ਕਿਹੜਾ ਗੱਭਰੂ ਕਿਹੜੇ ਪਿੰਡ ਦਾ ਆਹ ਬਾਗਿਆਂ ਦੇ ਕਹਿੰਦੇ ਵੀ ਫਰੀਦਕੋਟ ਹੀ ਆਇਆ ਜੱਜ ਨਵੇਂ ਗਲੇ ਵਾਲਾ ਕਬੱਡੀ ਪਾਉਂਦਾ ਹੋਵੇ ਖੇਡ ਮੈਦਾਨ ਦੇ ਵਿੱਚ ਸਾਹਮਣੇ ਦੀਨਾ ਪਿੰਡਾ ਹੈ ਕਿਉਂਕਿ ਜਿਲ੍ਹੇ ਪਿੰਡ ਦੇ ਕਾਹੂ ਵਰਗੇ ਕਬੱਡੀ ਖਿਡਾਰੀ ਪੁਰਾਣੇ ਬਜ਼ੁਰਗ ਬੈਠੇ ਹੋਣਗੇ ਦੇਖਿਆ ਹੋਊਗਾ ਕਾਹੂ ਖੇਡਦਾ ਨਰੀਅਰ ਔਰ ਕਾਹੂ ਦੇ ਪਿੰਡ ਦੀ ਟੀਮ ਹੈ ਸਾਹਮਣੇ ਕਬੱਡੀ ਪਾਉਂਦਾ ਹੋਵੇ ਸੋਹਣੀ ਬਾਗਿਆਂ ਦਾ ਕਬੱਡੀ ਦੇਖ ਕੇ ਦਰਸ਼ਕਾਂ ਨੇ ਚੀਕ ਮਾਰੀ ਕਬੱਡੀ ਦੇਖ ਕੇ ਦਰਸ਼ਕਾਂ ਨੇ ਚੀਕ ਮਾਰੀ ਰੇਡਰ ਭੱਜ ਕੇ ਗੁੱਟ ਸੁਣਾ ਕੇ ਜੀ ਇੱਕ ਕਹਿੰਦਾ ਦੂਜੇ ਨੂੰ ਬਾਈ ਆ ਤੁਹਾਨੂੰ ਮੈਂ ਵੀ ਦੇਖਣਾ ਹੈ ਕਿ ਰੁੱਤਾ ਕੇ ਜੀ ਸਾਲ ਵਾਲੇ ਕੱਪੜਿਆਂ ਦੀ ਵੀ ਪਰਵਾਹ ਨਾ ਕਰਦੇ ਥੱਲੇ ਬੈਠ ਜਾਂਦੇ ਲੋਈਆਂ ਵਿਛਾ ਕੇ ਜੀ ਥੱਲੇ ਬੈਠ ਜਾਂਦੇ ਲੋਈਆਂ ਵਿਛਾ ਕੇ ਜੀ ਇਹ ਦਰਸ਼ਕਾਂ ਨੇ ਲਿਖਿਆ ਕਿਉਂਕਿ ਕੋਈ ਦਰਸ਼ਕ ਮੇਰੇ ਵੀ ਕੱਪੜਿਆਂ ਦੀ ਪਰਵਾਹ ਵਾਕੇ ਨਹੀਂ ਕਰਦਾ ਕਿਉਂਕਿ ਥੱਲੇ ਬੈਠ ਕੇ ਰਸਤਾ ਇਹਦਾ ਲੋਈ ਹੁੰਦਾ ਕਿਹੜੇ ਮੇਰੇ ਵੀਰੋਂ ਤਿਆਰੀ ਨਾਲ ਕਿਹੜੀ ਤਕਨੀਕ ਨਾਲ ਕਿਹੜਾ ਮੇਰੇ ਵੀਰੋਂ ਮੁੱਖ ਰਸਤਾ ਹੈ ਵਰਦਾ ਕਬੱਡੀ ਦੇ ਵਿੱਚ ਔਰ ਕਬੱਡੀ ਪਾਉਣ ਦੇ ਲਈ ਵਧਾ ਰਹੇ ਔਰ ਚਾਹ ਜਾਂ ਕਿ ਮੇਰੇ ਵੀਰੋਂ ਸਾਹਮਣੇ ਹੈ ਔਰ ਕਿਹੜਾ ਲਾਈਆਂ ਨਾਲ ਵੀਰੇ ਪਿੰਡਾ ਗੱਭਰੂ ਨਾਲ ਦੋ ਹੱਥ ਕਰਦਾ ਹੈ ਔਰ ਦੋ ਹੱਥਾਂ ਦੀ ਗੱਲ ਹੁੰਦੀ ਹੈ ਬਾਹਰ ਹੋ ਜਾਂਦੇ ਬਾਹਰ ਹੋ ਜਾਂਦੇ ਕਹਿੰਦਾ ਉਹ ਕੋਲ ਦੇਖੀ ਨੂੰ ਰੰਗ ਸਵਾ ਲੈ ਪਰ ਸਰੀਰ ਵਿੱਚ ਰੋੜੇ ਹੁੰਦੇ ਜਾਂ ਦੇ ਤੇ ਚੁੱਕ ਪੂਰੀਆਂ ਵੱਜਣ ਦੇ ਟੋਕੀਆਂ ਨੇ ਕਹਿੰਦਾ ਜੀ ਪਿੰਡ ਵਾਲੇ ਦੇ ਹੋੜਾ ਬਾਲਿਸ਼ ਤੇ ਭਾਈ ਮੇਰੇ ਵੀਰੋ ਪੂਰਾ ਮਾਣ ਹੈ ਇਸ ਵਾਰ ਜੱਜ ਦੇ ਉੱਪਰ ਪਿੰਡ ਵਾਲਿਆਂ ਨੂੰ ਵੀ ਔਰ ਦਰਸ਼ਕਾਂ ਨੂੰ ਵੀ ਜੱਜ ਬਹੁਤ ਵਧੀਆ ਕਬੱਡੀ ਪਾਉਂਦਾ ਹੈ ਔਰ ਸਾਹਮਣੇ ਸੋਨੀ ਕਿਉਂ ਪਾਉਂਦਾ ਹੈ ਕਬੱਡੀ ਸੋਨੀ ਦੀ ਕਬੱਡੀ ਪੈਂਦੀ ਹੈ ਜਲਦੀ ਨਾਲ ਟੀਮ ਗਹਿਣਾ ਮਿਲਦੀ ਗਹਿਣਾ ਵੀ ਆ ਗਈ ਕਿਉਂਕਿ ਦੋ ਨੰਬਰ ਗਾਉਣ ਦੇ ਕਾਰਨ ਹੋ ਰਹੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਖਿਡਾਰੀ ਰੋਜ਼ ਬਣਦੇ ਹੈ ਕਿਉਂਕਿ ਉਹ ਵੀ ਖਿਡਾਰੀ ਕੋਲ ਸੀਨੀਅਰ ਬਣਦੇ ਹੈ ਅੱਜ ਮਾਸ਼ੀ ਗੇਮ ਦਾ ਕਬੱਡੀ ਕੱਪ ਹੈ ਹਲੇ ਪਹਿਲਾ ਹੀ ਮੈਚ ਹੋਇਆ ਤੇ ਖੇਡ ਸਟੇਡੀਅਮ ਭਰ ਚੁੱਕਿਆ ਹੈ ਕਿਉਂਕਿ ਮੇਰੇ ਵੀ ਉਹ ਮਾਸ਼ੀ ਗੇਮ ਦਾ ਕਬੱਡੀ ਟੂਰਨਾਮੈਂਟ ਇੱਕ ਏਰੀਆ ਦਾ ਆਪਣਾ ਬਹੁਤ ਹੀ ਵਧੀਆ ਕੱਪ ਹੈ ਇੱਕ ਵਾਰੀ ਕਮੇਟੀ ਦੇ ਨਾਮ ਦੇ ਦਰਸ਼ਕ ਵੀ ਉਹ ਤਾੜੀ ਮਾਰੋ ਜਿਹਨਾਂ ਟੀਮਾਂ ਦਾ ਸਾਜਾ ਸਾਨੂੰ ਕਿਉਂਦੇ ਰੋ ਕਿਉਂਦੇ ਰੋ ਕਿਉਂਕਿ ਮੇਰੇ ਵੀ ਉਹ ਕਮੇਟੀ ਨੇ ਪਿਆਰ ਦਿੱਤਾ ਹੈ ਦਰਸ਼ਕਾਂ ਨੇ ਦਿੱਤਾ ਹੈ ਆਪਾਂ ਮੰਗ ਕਰਦੇ ਹਾਂ ਕਮੇਟੀ ਤੋਂ ਵੀ ਜਦੋਂ ਤੀਸਰਾ ਕਬੱਡੀ ਕੱਪ ਹੋਵੇਗਾ ਆਪਾਂ ਰਾਜ ਕਰਦੇ ਵੀ ਪਿਛਲੇ ਟੂਰਨਾਮੈਂਟ ਦੇ ਕੋਲ ਸ਼ਾਇਕ ਹੋਣ ਫੇਰ ਗੱਲ ਬਣਦੀ ਹੈ ਇਸ ਟੂਰਨਾਮੈਂਟ ਦੀ ਔਰ ਸਾਹਮਣੇ ਦਰਜੀਤ ਆ ਵੀ ਰਹੇ ਹੋ ਸਾਡਾ ਫੈਸਲਾ ਵੀ ਰੈਫਰੀ ਨਾਲ ਕਰੇ ਕਮੇਟੀ ਤੋਂ ਕਿਸੇ ਨੇ ਨਹੀਂ ਕਰਦੀ ਸਾਡੀ ਕਮੇਟੀ ਦਾ ਕੱਲ ਫੈਸਲਾ ਹੈ ਕਰੇੜਾ ਜਾਫੀ ਦੇ ਹਿੱਸੇ ਹੈ ਅੰਕੜੇੜਾ ਜਾਫੀ ਦੇ ਹਿੱਸੇ ਹੈ ਹੈਲੋ ਆਵੇ ਖਿਡਾਰੀਆਂ ਦੇ ਕੋਈ ਵੀ ਮੇਰੇ ਗੱਲ ਨਹੀਂ ਗੱਲਬਾਤ ਨਹੀਂ ਕਰਦੀ ਜਿਹੜਾ ਰੈਫਰੀ ਇੱਕ ਵਾਰ ਫੈਸਲਾ ਦਿੰਦਾ ਉਹ ਗੱਲ ਮੰਨਿਆ ਜਾਂਦਾ ਕੋਈ ਵੀ ਖਿਡਾਰੀ ਕੋਈ ਵੀ ਜੰਤੂ ਬੰਦ ਨਾ ਕਰੇ ਜਿਹੜਾ ਰੈਫਰੀ ਨੇ ਕਿਹੜਾ ਫੈਸਲਾ ਕਰਦਾ ਉਹ ਹੀ ਮੰਨਿਆ ਜਾਂਦਾ ਸਾਡੀ ਟੀਮ ਅੱਗੇ ਕਿਸੇ ਵੀ ਰੋਇਆਂ ਦੇ ਰੈਫਰੀ ਨਾਲ ਕੋਈ ਕਰੰਟੋ ਫਿਰ ਤੁਰੀ ਕਰੀ ਕਿਉਂਕਿ ਦਰਜੀਤ ਕੋਈ ਵੀ ਨਹੀਂ ਕਰਦਾ ਪੁੰਨਾ ਨਹੀਂ ਸਾਡਾ ਦਰਜੀਤ ਰੋਇਆ ਸਾਰੇ ਪਲੇਅਰਾਂ ਨੂੰ ਬੇਨਤੀ ਆ ਰਿਕਾਰਡਿੰਗ ਸਾਰੀ ਲੋੜੀ ਪਈ ਕਿਸੇ ਨੂੰ ਕੋਈ ਡਿਸੀਜਨ ਕਰਦਾ ਬਹੁਤਾ ਕੋਈ ਆਇਆ ਵੀ ਰੈਫਰੀ ਫੇਰਾ ਤੇ ਵੋਟ ਦੇਦਾ ਹੀ ਪੁਆਇੰਟ ਸਾਡਾ ਸੀ ਸਾਡੇ ਕੋਲ ਇੱਕ ਟੀਚੇ ਪੈਰ ਦੀ ਵਿਵਸਥਾ ਹੈ ਕਿ ਅਸੀਂ ਵੀ ਪੁਆਇੰਟ ਕਰਵਾ ਸਕਦੇ ਹਾਂ ਉਹਨੂੰ ਸਾਰੇ
क्योंकि अंपायर ने कह रहे भी इंसान ने इंसान को गलती हो सकती है। तो बेनती है किसी भी प्लेयर ने रेफरी गलत नहीं बोलना, अपील करना उनका हक है, अपील करो। पता नहीं भाई किसे बोल रहे हैं कि हमने तो इधर आके सारे जंदे कबड्डी लूटा बंदी काफी नौजवान से कबड्डी आज देखो फौजी का ना स्टाइल ना नहीं पर ज्यादा अभी थे आज मेरे भी तो स्टाइल बचना है क्योंकि निगाह भी मारने को तो ये तो बच गई है फौजी भाई टूटी मंजी भारत पर ना बिच दी थी तारे दसना फौजी ने तेरे बोल सड़े ला तुम्हारे फौजी है अभी फौजी मारने का स्टाइल ऐसा बात हो जाए बाकी जीतना भी गलती है कमेटी भी बड़ी खुश है रेफरी के लिए कमेटी भी देखो ज्ञान लो क्या करती है भाई देर भर के बैठी है इतना काम लेना सारी की सुनने काली बार बार नहीं भाई ये बता दें तो शराबल भी दे रहे हैं पानी भर रहे हैं कबड्डी कबड्डी कप्पा ने फिरते पाल दी कबड्डी कप्पा ने फिरते पाल दी हर पेट कबड्डी का भगोड़ लग गए कहीं जित के बेस्ट लेवल के लिए कहीं डिश कर रहे थे कहीं राउंड लग गए पंपे सवाल बने कबड्डी का जरूर ऐसा जेड़े मालसियों भी नंबर चाहूं लग गए जेड़े मालसियों भी नंबर चाहूं लग गए एक कबड्डी है मेरे भी क्योंकि बोलता बोलता कबड्डी है दबा देती है कबड्डी है है जेड़ा सवाल का रहा दसवीं देव केड़ी टीम बदल रही है सर चल दे बुलाए तू हिम्मत भरा और रुकियानों की टीम जल्दी ना कबड्डी के दौरान भी चाह जावे हिम्मत भरा देख क्या बोल करो जी साढ़े पंद्रह अंक ने नंगल दी और तीन साल ने अंक दी चौदह नंगल दी टीम चल दे बुलाए जो विनर है बीरियन खुश लग रहा है जो और मास्टर साहब बैठे हैं बहुत बहुत धन्यवाद कर देंगे मैच ग्यारह शुरू करवाओ जी जल्दी अजकल रेफरी के सवाल देता भरा नौजवान इकबाल माड़ू के किन्न पिंड है इस नौजवान ने पहली कबड्डी पाने लिए खोलेगा मत्था टेक के मुंडे ने हाथ जोड़ी लगे अपनुते अनुभव को भारत तानी और शेर को दो थापी तभी तेरे कबड्डियां पाने लोग को तेरे रोहाल चले कबड्डियां पाने लोग आ है मेरी वीडियो हिम्मत पूरे दिन तरफो आगे डेढ़ अंतरी कबड्डी आप क्या होना क्या ना कि क्या फिर तो शिता है ग्रैंड भी खेलते हैं कि नेता भी खेलते हैं तो छोटा वीर है मंगल कहते हैं सुनो यहाँ मंगल नहीं कबड्डी है और चार रेफरी क्या हो रहा है कहते भी मंगला कर रहा है जेल में वहां कलकला पेड़ा कोलना मार जाता है या फिर तो याद करा तो कलकला ने टीम ने नहीं सोए ना खिलाड़ी मार दिया हमारा भूटा ने वीडियो ना के तगड़ा है जफा हम हिम्मत को लेने की तरह बोल रहे हैं अरे हिम्मत को लेने की वो पानी का नहीं में शीत हो गया जो कल दिशा में बैठे ने उन्हों बनो सौ रुपया नाम सूची टीम हिम्मत को लेने ਸਵਾਗਤ ਹੈ ਯਾਰ
ਜੀ ਸ਼ਿਆਰ ਕੁਰਾਨ ਦੇ ਨੇ ਪਿਆ ਹੋਣਾ ਉਹਨੇ ਸਾਹਮਣੇ ਉਹਨਾਂ ਨੂੰ ਮਿਲ ਜਾਓ ਜੀ ਜੀ ਦੇਖੋ ਮੁੰਡੇ ਦਾ ਬੜੀ ਸੋਹਣੀ ਕਬੱਡੀ ਪਾਉਂਦਾ ਹੈ ਆ ਲਿੰਚ ਲਿੰਚ ਕੇ ਕਰਦਾ ਗੱਭਰੂ ਦਾ ਸਰੀਰ ਕੌਂਡੀ ਕੌਂਡੀ ਹਰ ਕੋਈ ਜਾਂਦਾ ਹੈ ਕੌਂਡੀ ਕੌਂਡੀ ਹਰ ਕੋਈ ਜਾਂਦਾ ਹੈ ਕੌਂਡੀ ਖੇਡਣਾ ਕੋਈ ਨਿਸ਼ਾਨ ਨਹੀਂ ਵਿੱਚ ਕਰਾਉਂਦੇ ਕਪੜੇ ਫੀਲਾਂ ਦਾ ਫੁੱਲੀ ਜਿਸ ਤੇ ਗੱਲਾਂ ਚ ਖੇਡਾ ਬਾੜਾ ਦੀ ਸਭ ਤੋਂ ਚੱਕਣੇ ਦੀ ਬਾੜੇ ਕੰਮ ਨੂੰ ਨਾ ਮਿੱਤਰੋ ਆ ਜਿਹੜੇ ਹਮ ਤੁਹਾਨੂੰ ਖੜਾਣੇ ਜਫਾਰਾ ਸੀ ਵਿਸ਼ੇ ਵੱਲੋਂ ਉਹਨੂੰ 100 ਰੁਪਏ ਨਾਲ ਭੇਜਿਆ ਗਿਆ ਹੈ ਤੇ ਵਾਸਤੇ ਆ ਫੁੱਟੇ ਨੇ ਤੀਸਰਾ ਜਫਾ ਲਗਾਤਾਰ ਲਾਇਆ ਮਾਡੂ ਕੇ ਵਾਲੇ ਨੇ ਪਰ ਸਾਹਮਣੇ ਮੇਰੀ ਵੀਡੀਓ ਨੌਜਵਾਨ ਦਾ ਕੁਮਾਰ ਗੱਲ ਗੱਲ ਸ਼ੂਟਿੰਗ ਕਰ ਗਿਆ ਪਸਤੇ ਸੇਕ ਦਾ ਹੱਥ ਵਿਦੜਾ ਕੇ ਧਾਗੇ ਦੇ ਹਿੱਸੇ ਫੁੱਟੇ ਦੇ ਨੌਂਦੀਆਂ ਤਾੜੀਆਂ ਮਾਰਦੇ ਜਿਵੇਂ ਦੁਨੀਆ ਮਿਲ ਦੇ ਖੁਸ਼ੀ ਦੇ ਹੈਡ ਕਰਾਦੀ ਸੀ ਤੇ ਉਸੇ ਤਰ੍ਹਾਂ ਇੰਨੇ ਹੀ ਦਫਤ ਕਰਾ ਦਿੰਦੇ ਆ ਫੁੱਟਾ ਮੇਰੀ ਵੀਡੀਓ ਅਜੇ ਮੇਰੀ ਵੀਡੀਓ ਫੁੱਟੇ ਕੋਈ ਐਡ ਕਰਦੇ ਵਰਗੇ ਵੀ ਕਿਉਂਕਿ ਮਾਣ ਦਾਦਾ ਟੋਲਦੇ ਦਾ ਤੇ ਫਿੱਤਾ ਜਾਫੀ ਹੈ ਆ ਕਬੱਡੀ ਦਾ ਛਾਈ ਹੈ ਦਾ ਫੁੱਟੇ ਨੌਂਦੀਆਂ ਦਾ ਖੇਡ ਬਣਾਉਣ ਦੇ ਵਿੱਚ ਪੁੱਛਦੀ ਜੀ ਗੱਲ ਕਰ ਇੱਕ ਵਾਰੀ ਮਾਰੋ ਨਾ ਤਾੜੀਆਂ ਦਰਸ਼ਕਾਂ ਨੂੰ ਜੋਰ ਕਰਾ ਦੇ अगले ਮੰਦਰ ਕੇ ਅੰਦਰ ਵੀ ਕਬੱਡੀ ਬੜੀ ਤੇਜ਼ ਕਰਦੀ ਹੈ ਔਰ ਸਾਹਮਣੇ ਮੰਡੀ ਮੰਡੀ ਨੌਜਵਾਨ ਕੋਸ਼ਿਸ਼ ਕਰਦਾ ਹੈ ਕਬੱਡੀ ਬਣਾਉਣ ਵਿੱਚ ਪਰ ਮੰਦਰ ਆ ਗਈ ਜੀ ਉਹ ਇੰਨੀ ਮਾਵਲੀ ਪਿੰਡਾ ਮੰਦਰ ਹੈ ਇੱਕ ਆ ਮੰਦਰ ਨੌਜਵਾਨ ਬਹੁਤ ਹੀ ਛੋੜ ਇੱਕ ਬਾਸ ਹੋ ਗਿਆ ਆ ਵੀ ਹੋ ਗਿਆ ਨਾ ਅਕਬਾਲ ਬੜੀ ਖੇਡ ਬਣਾਉਂਦੇ ਸੀ ਤੇ ਬੰਦਰ ਫਿੱਟੋ ਘੋੜਾ ਲੰਮੀ ਮਾਰੀ ਦਾ ਨਾਲ ਜੁੱਤੇ ਖੇਡੇ ਕਰਕਰਤਾ ਦੀ ਸਾਡੀ ਨਾ ਲੱਖਾਂ ਦੀ ਗੱਲ ਕਰਦਾ ਹਾਂ ਜੀ ਬੋਲਦਾ ਜੀ ਖਾਲੀ ਹੱਥ ਦੇ ਘਰਾਂ ਦੇ ਪਿੱਛੇ ਬੋਲਦਾ ਜੀ कबड्डी ਸਰੀਰ ਦੇਖੋ ਚਾਰੋਂ ਪਾਸੋਂ ਖੜਿਆ ਪਿਆ ਦੋਈਆਂ ਤੋਂ ਮਿਹਨਤ ਲੱਗੀ ਹੋਈ ਹੈ ਬਾਕੀ ਪਾਸੋਂ ਰਾਮ ਸਿੰਘ ਦਾ ਕਿਹੜਾ ਕੀ ਦੱਸਿਆ ਉਹ ਰੇੜੇ ਆੜੀ ਆਦਤ ਕਪਾਉਂਦੀ ਕੋ ਘੱਟ ਬੈਠਕਾ ਲਾਲਾ ਕੋ ਲਿਖੋ ਕੀ ਲਖਾਂ ਦੀ ਲਖਾਂ ਦੀ ਕਬੱਡੀ ਹੈ ਸਾਹਮਣੇ ਘੇੜਾ ਵਾਲਾ ਮਾਰ ਗਿਆ ਉੱਚਾ ਲੰਮਾ ਕੱਦ ਫੜੀ ਇਹਦੇ ਵਿੱਚ ਜਾਣੂਗੀ ਉੱਚਾ ਲੰਮਾ ਕੱਦ ਫੜੀ ਇਹਦੇ ਵਿੱਚ ਜਾਣੂਗੀ ਰੋਟੀ ਦਾ ਧਾਵੀ ਜੀ ਨੇ ਸਵਾਰਿਆ ਤਫਾਂਗੀ ਰਿੰਗ ਨੂੰ ਢੇਗੇ ਕੋਲ ਢੱਕ ਕੇ ਲੈ ਜਾਂਦਾ ਜੀ ਵਿੱਚ ਪਾਣੀ ਨੂੰ ਚੱਕੋ ਮਿੱਤਰੋ ਜਾਫੀ ਕੌਂਡੀ ਦਾ ਸਟਾਰ ਮਾਰੂ ਕੇ ਕਿੰਨ ਪਿੰਡ ਵਾਲਾ ਫੁੱਟਾ ਮਿੱਤਰੋ ਜਾਫੀ ਕੌਂਡੀ ਦਾ ਸਟਾਰ ਮਾਰੂ ਕੇ ਪਿੰਡ ਵਾਲਾ ਫੁੱਟਾ ਮਿੱਤਰੋ ਬਾਕੀ ਸਟਾਰ ਹੈ ਕਬੱਡੀ ਦਾ ਸਿਰੇ ਦਾ ਖਿਡਾਰੀ ਹੈ ਫੁੱਟਾ ਮਾਰੂ ਕੇ ਵਾਲਾ ਜੇ ਜੱਫੇ ਦੀ ਝੜੀ ਲਾ ਰਿਹਾ ਕਬੱਡੀ ਦੇ ਮਨਾਂ ਵਿੱਚ ਆ ਵੀ ਨਹੀਂ ਹੁੰਦਾ ਕਬੱਡੀ ਖੇਡ ਮਨਾਂ ਦੇ ਵਿੱਚ ਅਕਬਾਲ ਕਬਾਲ ਕਬੱਡੀ ਹੁੰਦੀ ਹੈ ਔਰ ਖੁੱਚ ਕੱਢੀਆਂ ਨੌਜਵਾਨ ਨੇ ਔਰ ਸਾਰਾ ਭਰਤੀ ਪੂਰੀ ਕੋਸ਼ਿਸ਼ ਕਰਦਾ ਖਿੱਚੋ ਨੌਜਵਾਨ ਨੇ ਕਿ ਕਿਆ ਬਣਾ ਕੇ ਜਿਹੜੀ ਪੱਥੇ ਵੱਟ ਮਾਗੇ ਫੁੱਲ ਤੇਰ ਤੇ ਲੰਘ ਜਾਵੇ ਗੋਲ ਦੀ ਜਿੰਨੇ ਦੇ ਨਾਲ ਕੱਦ ਜਿੱਦ ਕਰਦਾ ਸਖਰਾਇਸ ਦੇ ਬਣਾਏ ਜਿਹੜੀ ਬੋਲਦੀ ਸਖਰਾਇਸ ਦੇ ਬਣਾਏ ਜਿਹੜੀ ਬੋਲਦੀ ਔਰ ਅਗਲੀ ਕਬੱਡੀ ਫਿਰ ਮੰਗਲ ਦੀ ਪੈਂਦੀ ਹੈ ਔਰ ਜਲਦੀ ਨਾਲ ਚੱਕ ਭਰ ਕੇ ਖੁੱਚ ਗਈ ਹੈ ਔਰ ਆਲੀ ਦਵਾਦਿਆਂ ਦੀ ਟੀਮ ਆ ਜਾਵੇ ਦਵਾਦੇ ਪਿੰਡ ਦੀ ਟੀਮ ਜੱਗੇ ਨੂੰ ਕੀ ਲੈ ਜਾਂਦੀ ਨਾ ਕਬੱਡੀ ਦੇ ਖਿਲਾਫ ਵਿੱਚ ਪੁੱਜੇ ਜੱਗਾ ਆ ਵੀ ਨਹੀਂ ਜਾਂਦਾ ਕਬੱਡੀ ਪਰਤਾ ਕਬੱਡੀ ਪਾਉਣਾ ਹੋਵੇ ਔਰ ਚੋਣ ਅਖੇ ਵਿੱਚ ਇੱਕ ਨਹੀਂ ਲਿਪ ਕੇ ਗਿੱਟਾ ਜੱਗੇ ਪਰ ਉੱਤਰ ਸੇਮ ਹੈ ਤੇ ਸੇਮ ਸਿੰਘ
ਸਰਦਾਰ ਵਾਲਾ ਗੇੜੀ ਵੀ ਬਹੁਤ ਹੀ ਸੋਹਣੀ ਪਰੇ ਇਸ ਦਾ ਤਾਵੀ ਸੀਗਾ ਜਨਾ ਕਬੱਡੀ ਪਿੱਥਵਾਲ ਸੀਆ ਤੇ ਬੋਲੋਂ ਦੇ ਰਿਟਰ ਨੂੰ ਖੋਜੇ ਫੜ ਫੜ ਕੇ ਪਿੱਥਵਾਲ ਸੀਆ ਤੇ ਬੋਲੋਂ ਦੇ ਰਿਟਰ ਨੂੰ ਖੋਜੇ ਫੜ ਫੜ ਕੇ ਮੱਖਣ ਦੇ ਬਲਜੀਤ ਨੂੰ ਵੀ ਦੇਖਦਾ ਜਵਾਨ ਖੜ ਖੜ ਕੇ ਤਗਰੋਂ ਬਾਹਰ ਵਾਲੇ ਬੰਦ ਨੂੰ ਕੈਂਟੀ ਮਾਰਦਾ ਇੱਕ ਬੰਦਾ ਜਿਗਰਾ ਦੇ ਸ਼ੇਰ ਨਾਲ ਜਿਗਰੇ ਸ਼ੇਰ ਜਿਹੜੇ ਕਰਕੇ ਕਬੱਡੀ ਖੇਡਦੀ ਹੈ ਔਰ ਸ਼ੇਰ ਜਿਹੜਾ ਜਿਗਰਾ ਕਰਕੇ ਬਾਸ ਲਵੇ ਤਾਂ ਸੀਰਾ ਪਾਵੀ ਪਾਤਿਆ ਨਾਲਿਆਂ ਨਾਲ ਕਬੱਡੀ ਦੁਨੀਆ ਦੇ ਵੀ ਖਿਡਾਰੀ ਦਰਸ਼ਕ ਕਾਫੀ ਪੁੱਜੇ ਹੋਏ ਹਨ ਜੀ ਜੇ ਤੇਰੇ ਪੰਡਾ ਸੀਰਾ ਜੱਫੇ ਉਹਦਾ ਸਿਰਾ ਕੇ ਡਬਲ 500 ਨੋਟ ਆਉਣਗੇ 500 ਗਾ ਦੇ ਮੈਂ ਇੱਕ ਜੱਫਾ ਲਵਾ ਦਾ 500 ਕਰਦਾ ਤੇਰੇ ਲਈ ਜੇਕਰ ਇੱਕ ਜੱਫਾ ਵੀ ਲਾਉਂਦਾ ਪਰ ਮੈਂ दुनिया भर ਕੀ ਕਬੱਡੀ ਦੀ ਟੀਮ ਸਟੇਡੀਅਮ ਦੇ ਨਾਲ ਜੁੜ ਰਹੀ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਪ੍ਰਬੰਧਕ ਟੀਮ ਦੇ ਸੁਪਰ ਸਟਾਰਾਂ ਨੇ ਪੁੱਜਣਾ ਪਰ ਧਾਂਦੀ ਹੋਈ ਸ਼ਾਮ ਤੱਕ ਪੂਰਾ ਰਾਜ ਰਜ ਕੇ ਇਸ ਖੇਡ ਕਬੱਡੀ ਟੂਰਨਾਮੈਂਟ ਦਾ ਆਨੰਦ ਮਾਣਨਾ ਤਾਂ ਕੇਂਦਰ ਮੈਂ ਦੇ ਬਹੁਤ ਤਕੜਾ ਮੈਚ ਇਸ ਨੂੰ ਚੱਕ ਭਾਈ ਵਰਸ ਜੈ ਦਵਾਨੇ ਦੀ ਟੀਮਾਂ ਦੇ ਦਰਮਿਆਨ ਸ਼ੁਰੂ ਹੋ ਜਾ ਰਿਹਾ ਪਹਿਲੀ ਕਬੱਡੀ ਦਵਾਨੇ ਦੀ ਟੀਮ ਦੇ ਵੱਲੋਂ ਦੀਪਗੜ ਪਿੰਡ ਦਾ ਕਹਿੰਦੇ ਮਿੰਟੂ ਨਾਮ ਹੈ ਦੀਪਗੜ ਦੀ ਧਰਤੀ ਸੈਂਟੂ ਕਬੱਡੀ ਵਾਲੇ ਨੇ ਵੀ ਉਧਰ ਕਰਤਾਰ ਸਿੰਘ ਦਾ ਪੁੱਤਰ ਹੈ ਮਾਤਾ ਗਰਮੀਤ ਕੌਰ ਦੀ ਕੁੱਖ ਦਾ ਵਾਰਸ ਹੈ ਚੱਕ ਭਾਈ ਪਿੰਡ ਦੇ ਨਾਰਾਜ ਜੀ ਸਿੰਘ ਰਾਣਾ ਨਾਮ ਹੈ ਮਿੰਦਰ ਗੁਰੂ ਦਾ ਲੰਗਰ ਚੱਲ ਪਿਆ ਜੀ ਗੁਰਦਾ ਜਾਣਿਆ ਜਿਹੜਾ ਵੀ ਸੰਗਤ ਸਕਣਾ ਚਾਹੁੰਦੀ ਆ ਜਾਂ ਖਿਡਾਰੀ ਉਹ ਆਪਣੇ ਬਾਹਰ ਸਵਾਤਾ ਤੇ ਡਾਰਾਵੰਡੀ ਚ ਸਕ ਸਕਦਾ ਹੈ ਜਿੱਦ ਕਹਿੰਦੇ ਨਾਮੀਆਂ ਗੱਲ ਨੂੰ ਮਿਲ ਵੀ ਆ ਖੇਡ ਕਬੱਡੀ ਮੈਦਾਨ ਦੇ ਵਿੱਚ ਕਾਮ ਕਬੱਡੀ ਪਾ ਰਿਹਾ ਵਾਹ ਨਹੀਂ ਹੋਈ ਸਾਂ ਇਹ ਪੁਆਇੰਟ ਜਿਹੜਾ ਧਾਮੀ ਦੇ ਕੇਸੀ ਜੁੜਦਾ ਹੋਇਆ ਇਹ ਤੇ ਕਹਿੰਦੇ ਜੰਗਾ ਜੰਮਿਆ ਤੇ ਮਿਹਨਤ ਭਾਈਆਂ ਵੱਡਾ ਹੋ ਕੇ ਕੌਂਦੀ ਸ਼ੇਰ ਦਾ ਘਰ ਘਰ ਕੁੱਤ ਜੰਮਦੇ ਤੇ ਜੰਗਾ ਸ਼ੇਰ ਨਹੀਂ ਕਿਸੇ ਨੇ ਬਣ ਜਾਣਾ ਉਧਰ ਆਓ ਵੇਖੋ ਹਰ ਘਟ ਅੱਜ ਮਾਰਿਆ ਹਰ ਨੇ ਸੌਂਕੇ ਕੀ ਹੁੰਦੇ ਉਹਨੇ ਨੇ ਸਾਰ ਪਾਸ ਹੈ ਦਾ ਲੱਗ ਸ਼ੇਰ ਦਾ ਲੱਗ ਉਧਰ ਜੀ ਨੇ ਪੜਨੇ ਸੌਂਕੇ ਨਹੀਂ ਹੁੰਦੇ ਇੱਕ ਸਰਾਮਾ ਦਾ ਸੁਭੀਰ ਹੈ ਮੇਰੇ ਵੀਰੋ ਜੋ ਇਸ ਨਾਮੀਆਂ ਗੱਲ ਦਾ ਨਾਮ ਹੈ ਸੁਭੀਰ ਤੇ ਇਧਰ ਕਹਿੰਦੇ ਦਵਾਰਾ ਪਿੰਡ ਹੈ ਸਮਰਾਲੇ ਦੇ ਵਿੱਚ ਜਿਹੜੇ ਲੁਧਿਆਣੇ ਦੇ ਖਿਡਾਰੀ ਇਸ ਵੇਲੇ ਖੇਡ ਕਬੱਡੀ ਮੈਦਾਨ ਦੀ ਕਬੱਡੀ ਮੰਗਦੀ ਭਲੇ ਹੋਏ ਸੁਖਵੀਰ ਸਿੰਘ ਚਾਰ ਜਾਫੀ ਹੈ ਮੈਂਟੂ ਦਾ ਕਹਿੰਦੇ ਵੱਡਾ ਮਾਨ ਸਨਮਾਨ ਕੀਤਾ ਜਾਣਾ ਪ੍ਰਬੰਧਕ ਟੂਰਨਾਮੈਂਟ ਕਮੇਟੀ ਵੱਲੋਂ ਕਾਉ ਯਾਫੀ ਦੇ ਵਿੱਚ ਇੱਕ ਪਾਸੇ ਨਾਮੀਆਂ ਗੱਲ ਨੂੰ ਜਾਫੀ ਇਸ ਵੇਲੇ ਜਗਰਾਜ ਸਿੰਘ ਨਹੀਂ ਰਿਸਾ ਕਾਉ ਜੀ ਕੀ ਟੂਰਨਾਮੈਂਟ ਆਈ ਹੈ ਕਬੱਡੀ ਦੇ ਵਿੱਚ ਹੋਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਉਹਨੇ ਜਾਣਾ ਜਿੱਤ ਕੇ ਬਿਕਰ ਆਪਣੀਆਂ ਇੰਟਰਨੈਟ ਖੋਲੀਆਂ ਨੌਜਵਾਨ ਕਰਜਰ ਨਾਮ ਦੇ ਨਾਲ ਕਬਾਡੀਆਂ ਪੜ ਉਧਰ ਰਾਮਜੀਤ ਸਿੰਘ ਰਾਮਾ ਕਹਿੰਦੇ ਪੰਜਾਬ ਪੁਲਿਸ ਦੇ ਵਿੱਚ ਬਤਾਉ ਸੇਵਾ ਕਰਦਾ ਹੈ ਬੇਬੀਓ ਇੱਕ ਪਾਸੇ ਦੀਪਗੜਿਆ ਸਿੱਧੂ ਆ ਨਾਲੇ ਵਰਗੇ ਨੇ ਮਾਹੌਲ ਲੱਗਣੀ ਕਬੱਡੀ ਖੇਡੀ ਹੈ ਪਰ ਇਹ ਵੇਖੋ ਇੱਧਰ ਜਾਤੀ ਕਿਉਂ ਦਾ ਕਮਾਲ ਕਰਦਾ ਹੋਇਆ ਕਿ ਇੱਧਰ ਵੀ ਭਾਜੀ ਨੂੰ ਵੀ ਜਾਤੀ ਨੇ ਹੱਥ ਲੱਗੇ ਜਾਤੀ ਉਹੀ ਮੰਨਿਆ ਜਾਂਦਾ ਜਿਹੜਾ ਉੱਡਦੀ ਰੀਤ ਨੂੰ ਨੱਪੇ मोटरसाइकिल सम्मान किया जाना 26 जनवरी अपने लोगों वाले कमेंट्री वाले ਜਿੱਥੇ ਕਹਿੰਦੇ ਆਏ ਵੇਲੇ ਬਾਬਾ ਬੁੱਢਾ ਜੀ ਕਰਾ ਪਰ ਵੀਲਾ ਸਪੋਰਟਸ ਕਰਾ ਪਰ ਨੂੰ ਵੱਡੇ ਟੂਰਨਾਮੈਂਟ ਕਰਾਇਆ ਜਾਂਦਾ 26 ਜਨਵਰੀ ਨੂੰ ਲੋਕੋ ਦੀ ਧਰਤੀ ਤੇ ਆਪਣੇ ਨੂੰ ਮੋਟਰਸਾਈਕਲ ਦੇ ਕੇ ਵੱਡੇ ਮਾਣ ਸਨਮਾਨ ਦਿੱਤੇ ਜਾਣੇ ਆ
ਖੇਡ ਕਮੇਟੀ ਗਰਾਊਂਡ ਦੇ ਵਿੱਚ ਕਹਿੰਦੇ ਦੁਆਲੇ ਪਿੰਡ ਦੇ ਸੁਖਵੀਰ ਸਿੰਘ ਦੀ ਕਮੇਟੀ ਪੈ ਚੁੱਕੀ ਹੈ ਮੇਰੀ ਵੀਰੋ ਕਾ ਕਾਫੀਆ ਮੈਨੂੰ ਤਾਂ ਕਹਿੰਦੇ ਆਮ ਰੰਦਾ ਖੇਡ ਕਮੇਟੀ ਮਦਾਨਾਂ ਦੇ ਵਿੱਚ ਨਵੇਂ ਪੁਆਇੰਟ ਦੇ ਇਸ ਵੇਲੇ ਨਾਮ ਜਨ ਕਰ ਹੁਟਾਈ ਦੇ ਕੇਸੀ ਜੁੜਦਾ ਹੋਇਆ ਇਹ ਖੇਡ ਕਮੇਟੀ ਖੇਡਾਂ ਦੀ ਰਾਣੀ ਹੈ ਇਹ ਅੱਜ ਵੀ ਨਵੀਂ ਨਵੀਂ ਭਾਵੇਂ ਬੜੀ ਪੁਰਾਣੀ ਹੈ जोर नहीं संदीप यूके पंजाब लाइव खराकाले ਕਰਮਜੀਤ ਬਰਾਬਰ ਆਵਾ
ਵਾਸੀ ਮਾਸੀ ਕੀ ਉਹ ਵੀ ਟੀਮਾਂ ਦੇ ਪਿਆ ਤਿਆਰ ਨਾ ਕਰ ਰਹੇ ਨੇ ਉਧਰ ਦੀਪ ਕੜੀ ਸੰਕੂ ਕਬੱਡੀ ਪਾਇਆ ਇੱਕ ਵਾਸੀ ਕਹਿੰਦੇ ਰਾਮਾ ਵਾਲੇ ਪੁਆਇੰਟ ਸੰਕੂ ਨੂੰ ਦੀਪ ਕੜੀ ਧਰਤੀ ਦਾ ਆਪਣੀ ਟੀਮ ਨੇ ਕੋਈ ਰੋਟਾ ਹੋਇਆ ਕਿ ਪਤਾ ਉੱਤੇ ਬਜਟ ਖਾਪੀਆਂ ਫਿੱਕਾ ਦੇ ਵਿੱਚ ਧੱਕੇ ਵੇਚ ਗ੍ਰਾਮ ਦੀ ਭੇਟੇ ਕਰ ਨੂੰ ਦੁਨੀਆ ਖੜ ਖੜ ਧੱਕੇ ਲੋਕਾਂ ਵਾਲੇ ਦੁੱਖੀ ਖੇਡ ਮਾਂ ਦੇ ਪੁੱਤ ਬਨੇਰਾ ਦੀ ਪੰਜਾਬ ਦੀ ਧਰਤੀ ਜੋ ਦੇ ਲੱਗਦੀ दुनिया रामा अपनी टीम ने फिर से अभ्यास करता हुआ इन्हें मैच बढ़िया लग रहा है यूनिट ताली मार के दस दस की देव इन्हें मैच बढ़िया लग रहा है ਟੀਮਾਂ ਜਿਹੜੀ ਮੋਗੇ ਦੀਆਂ ਟੀਮਾਂ ਮੇਰੇ ਵੀਰੋ
ਦੋਵੇਂ ਟੀਮਾਂ ਨੇ ਦੋਵੇਂ ਪਿੰਡਾਂ ਨੇ ਸਮੇਂ ਦੇ ਨਾਲ ਨਾਲ ਦੁਨੀਆ ਦੇ ਇੰਟਰਨੈਸ਼ਨਲ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਆ ਅੱਜ ਕਹਿੰਦੇ ਸਮੇਂ ਸਮੇਂ ਦੇ ਨਾਲ ਦੀ ਗੱਲ ਹੈ ਮੇਰੇ ਵੀਰੋ ਅੱਜ ਇਹਨਾਂ ਖਿਡਾਰੀਆਂ ਦੇ ਨਾਮ ਹੈ ਉਹਦੇ ਜਗਰਾਜ ਸਿੰਘ ਜੀ ਮਾਸੀ ਕੇ ਫਿਰ ਉਹਨਾਂ ਦੀ ਕਬੱਡੀ ਦੀ ਬਾਗ ਦਾ ਹੱਥ ਮੇਰੇ ਵੀਰੋ ਕਰਦੇ ਧਾਰੀਆਂ ਦਾ ਕਰਦੇ ਵਿੱਚ ਬੋਜੀ ਫਿਰ ਗੱਲ ਹੈ ਸੀਮੇ ਵਰਗੇ ਜੱਸੇ ਵਰਗੇ ਫਿਰ ਇਹ ਦੁਨੀਆ ਖਿਡਾਰੀਆਂ ਦੀ ਗੱਲ ਹੈ ਉਧਰ ਰਾਮਿਆ ਖਰਾਕਾ ਇੱਕੋ ਬਾਟੀ ਦੇ ਸ਼ਾਰੀਆਂ ਲਖੂਵਾ ਗ੍ਰਾਮ ਵਿੱਚ ਜੋ ਟੁੱਟੇ ਟੀਆ ਉਹ ਕਾਟੀ ਹੀਆ ਬਣਦੀ ਵੀ ਜਿਹਨੂੰ ਲੱਗਦੇ ਕਬੱਡੀ ਦਾ ਉਹ ਕਾਟੀ ਹੀਆ ਬਣਦੀ ਵੀ ਜਿਹਨੂੰ ਲੱਗਦੇ ਕਬੱਡੀ ਦਾ ਜਿਹਨੇ ਸਰੀਰ ਦੇ ਨਾਲ ਇਸ਼ਕ ਜਾ ਕੇ ਪਿਆਰ ਹੋਏ ਕਾਟੀ ਨਹੀਂ ਉਹ ਛੱਡ ਸਕਦਾ ਭਾਵੇਂ ਉਮਰ ਬੜੀ ਵੀ ਹੋ ਜਾਏ ਭਾਵੇਂ ਟੀਚਰ ਬਣੇ ਭਾਵੇਂ ਡਾਕਟਰ ਬਣੇ ਭਾਵੇਂ ਮੰਤਰੀ ਕਾ ਬਣ ਜਾਵੇ ਪਰ ਜਿਹਨੇ ਸਰੀਰ ਦੇ ਨਾਲ ਇਸ਼ਕ ਜਾ ਗਿਆ ਸਰੀਰ ਨਾਲ ਪਿਆਰ ਪੈ ਗਿਆ ਅਜੀਤ ਕਲੱਬ ਰਾਮੀ ਦੀ ਟੀਮ ਦੇ ਪਹਿਲੀ ਕਬੱਡੀ ਕਹਿੰਦੇ ਚੰਦਰਮਾ ਪਿੰਡ ਜੱਸਾ ਨਾਮ ਹੈ ਸਿੱਧਵਾ ਦੇ ਜੱਸੇ ਨੂੰ ਪੂਰੀ ਦੁਨੀਆ ਦਾ ਬੱਚਾ ਬੱਚਾ ਜਾਣਦਾ ਆਹੀ ਬੌਂਡਰ ਦਾ ਜੱਸਾ ਇਸ ਨੇ ਬਹੁਤ ਤਗੜਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਇਸ ਅਡਰੈਸ ਕਰਦਾ ਹੋਇਆ ਜਿਸ ਧਰਤੀ ਨੇ ਕਹਿੰਦੇ ਸ਼ੰਪੀ ਨੇ ਬਹੁਤ ਤਗੜੀ ਕਬੱਡੀ ਖੇਡੀ ਉਸਾ ਪਿੰਡ ਸਮਾਵੀਆਂ ਖਿਡਾਰੀ ਦਾ ਅਗਲੀ ਕਬੱਡੀ ਖੇਡ ਕਬੱਡੀ ਮੈਦਾਨ ਦੇ ਵਿੱਚ ਕਾਲਾ ਕੁਰਸੀ ਦੀ ਧਰਤੀ ਦਾ ਕਬੱਡੀ ਪਾਉਣ ਦੀ ਵਾਅਦਾ ਹੋਇਆ ਚਾਰ ਜਾਫੀਆਂ ਇੱਕ ਪਾਸੇ ਕਹਿੰਦੇ ਸਮਾਵੀਆਂ ਕਰੂ ਮੇਰੀ ਵੀਰੋ ਕੱਲ ਨਵੇਂ ਦੀ ਧਰਤੀ ਦਾ ਮਾਣ ਜਾਇਦਾ ਇਧਰ ਇਸ ਸਮਾਵੀਆਂ ਖਿਡਾਰੀ ਦੇ ਕਬੱਡੀ ਮਾਣ ਸਮਾਨ ਦੇ ਉੱਤੇ ਲੜਿਆ ਕਿਵੇਂ ਤੁਹਾਡੇ ਆਪਣੇ ਪਿੰਡ ਦਾ ਖੇਡ ਕਬੱਡੀ ਦਾ ਬਹੁਤ ਵਧੀਆ ਜਾਫੀ ਸੀਗਾ ਮਾਸੀ ਨੇ ਕਿਹਾ ਮਾਸ਼ੀਆਂ ਦੀ ਸੂਚੀ ਟੀਮ ਨੂੰ ਸੰਬੰਧ
ਪਾਰਵੀ ਵਾਲੇ ਅਗਲੀ ਕਮੇਟੀ ਕੀ ਮਜ਼ਬੂਤ ਰਾਜਾਂ ਵਾਲੇ ਮੰਜਨਾ ਪਾਈ ਲੈਂਦੇ ਨੇ ਜੀ ਪਹਾੜਾਂ ਦੇ ਸੀਨੇ ਦਾ ਬਣਾਈ ਲੈਂਦੇ ਨੇ ਹੁੰਦਾ ਹੁਣ ਜਿਗਰ ਬੱਗੂ ਹਰ ਥਾਂ ਕਮੇਟੀ ਦਾ ਬੱਚੇ ਬੱਚੇ ਦੀ ਜਵਾਨ ਤੇ ਆਇਆ ਲੋਕੋ ਨਾਗ ਵੱਡੀ ਦਾ ਬੱਚੇ ਬੱਚੇ ਦੀ ਜਵਾਨ ਤੇ ਆਇਆ ਲੋਕੋ ਨਾਗ ਵੱਡੀ ਦਾ ਇਸ ਨਾਵੇਂ ਖਿਡਾਰੀ ਦਾ ਕਹਿੰਦੇ ਖੀੜ ਕਬੱਡੀ ਬਣਾਉਣ ਵਿੱਚ ਬੜਾ ਨਾਮ ਹੈ ਮਾਸ਼ੀ ਦੀ ਬੜਾ ਸੀਮਾ ਉਹਨਾਂ ਦੇ ਫੌਜੀ ਸਾਹਿਬ ਦੀ ਮਿਸਲ ਨੇ ਫੈਸਲਾ ਕੀਤਾ ਕਿ ਜਿਹੜਾ ਹੁਣ ਕਹਿੰਦੇ ਦਾ ਜਵਾਨ ਤੇ ਉਪਰ ਜੀ ਰੱਖਿਆ ਇਹ ਵੀ ਪੁਆਇੰਟ ਕਹਿੰਦੇ ਦਾਸੀ ਨੇ ਕਿਸੇ ਬੜਾ ਹੋਇਆ ਇਹਨਾਂ ਨੇ ਖੀੜ ਕਬੱਡੀ ਬਣਾਉਣ ਵਿੱਚ ਜੱਸਾ ਮਾਸ਼ੀ ਦੀ ਧਰਤੀ ਦਾ ਅਗਲੀ ਕਬੱਡੀ ਬਾਉਂਦੜੀ पूरी दुनिया का मेरी वीर खिलाड़ी है सामने देखो इस वे कहता रामे पिंड का कबड्डी बाउंड्री वादा होया सेवा पर पॉइंट कर लिया ਕਬੱਡੀ ਕਬੱਡੀ ਦਰਬਾਰ ਮਿੱਤਰੋ
कबड्डी का पंजाबी दे रूह दी खुराक है भाई वो दुनिया ते करदे ने राज भी करो इने लीपा बाबा सगड़ा पॉइंट अपनी टीम ते इसे अगला कर दिया मेरा वीर हरजी पहल करा ये गोटी गांव दे विच है मैं फिर कबड्डी के प्रधान की गल करेगा सारी हिम्मत बड़ा मन रुको सारी साथी कमेटी का तो बहुत बड़ा धन्यवाद है इस मैच दी भी तो बोर्ड दी तालियां हो जाए माशी में दी टीम जीतू है ये सारी मैच दी जीतू दी माशी को माशिया जी टीम ने खड़ा दिया के स्टेज को नाम प्राप्त कर ले माशिया जी टीम ने खड़ा दिया करूंगा कौन है
इस वीर का टेंट है, इसलिए इसे संभाल कर ऐसा लगी।